ਸਤਿ ਸ਼੍ਰੀ ਅਕਾਲ ਦੋਸਤੋ, ਜੀਨੀਅਸ ਪੰਜਾਬ ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਮੈਂ ਦੱਸਾਂਗਾ ਤੁਹਾਨੂੰ ਕੁਝ ਐਸੀਆਂ ਗੱਲਾਂ ਜੋ ਤੁਹਾਨੂੰ ਸ਼ਾਇਦ ਹੀ ਪਤਾ ਹੋਣ। ਸਭ ਤੋਂ ਪਹਿਲਾ ਕੈਮਰਾ 1894 'ਚ ਬਣਿਆ ਅਤੇ ਉਹਦੇ ਨਾਲ ਫੋਟੋ ਖਿਚਵਾਉਣ ਲਈ ਲੋਕਾਂ ਨੂੰ 8 ਘੰਟੇ ਉਹਦੇ ਅੱਗੇ ਬਹਿਣਾ ਪਿਆ। ਸੂਰਜ ਦੀ ਰੌਸ਼ਨੀ ਨੂੰ ਧਰਤੀ 'ਤੇ ਆਉਣ ਲੱਗਿਆਂ 13 ਸੈਕਿੰਡ ਦਾ ਸਮਾਂ ਲੱਗਦਾ। ਐਪਲ ਕੰਪਨੀ ਦੇ ਫਾਊਂਡਰ ਸਟੀਵ ਜੌਬਸ ਦੀ ਗੱਡੀ 'ਤੇ ਕਦੀ ਵੀ ਨੰਬਰ ਪਲੇਟ ਨਹੀਂ ਲੱਗੀ। ਨੀਂਦ 'ਚ ਉੱਠਣ 'ਤੇ ਅਸੀਂ ਲਗਭਗ ਆਪਣਾ ਅੱਧਾ ਸੁਪਨਾ ਭੁੱਲ ਜਾਂਦੇ ਹਾਂ ਅਤੇ 10 ਮਿੰਟ ਬਾਅਦ 90% ਸੁਪਨਾ ਭੁੱਲ ਜਾਂਦੇ ਹਾਂ। ਮੇਲਸ ਦੇ ਸ਼ਰਟ ਦੇ ਬਟਨ ਰਾਈਟ ਸਾਈਡ ਹੁੰਦੇ ਆ, ਜਦਕਿ ਫੀਮੇਲਸ ਦੇ ਲੈਫਟ ਸਾਈਡ। ਠੰਡੇ ਪਾਣੀ ਦੇ ਮੁਕਾਬਲੇ ਗਰਮ ਪਾਣੀ ਬਰਫ਼ 'ਚ ਜ਼ਿਆਦਾ ਜਲਦੀ ਕਨਵਰਟ ਹੁੰਦਾ ਹੈ ਅਤੇ ਇਹਨੂੰ ਐਮਪੈਂਬਾ ਇਫੈਕਟ ਕਹਿੰਦੇ ਆ। ਅਸੀਂ ਖਾਣਾ ਖਾਣ ਤੋਂ ਬਿਨਾਂ 1 ਮਹੀਨੇ ਤੋਂ ਜ਼ਿਆਦਾ ਚਿਰ ਜ਼ਿੰਦਾ ਰਹਿ ਸਕਦੇ ਹਾਂ, ਪਰ ਪਾਣੀ ਪੀਤੇ ਬਿਨਾਂ 7 ਦਿਨ ਵੀ ਨਹੀਂ ਰਹਿ ਸਕਦੇ। ਇੱਕ ਰੀਸਰਚ 'ਚ ਪਤਾ ਲੱਗਾ ਕਿ ਆਪਣੇ ਸਰੀਰ 'ਚ ਪਾਣੀ ਦੀ 1% ਕਮੀ ਹੋਣ ਨਾਲ ਵੀ ਆਪਾਂ ਨੂੰ ਦੇਹ ਲੱਗ ਜਾਂਦੀ ਹੈ ਅਤੇ ਜੇ ਪਾਣੀ ਦੀ ਕਮੀ 10% ਹੋ ਜਾਵੇ ਤਾਂ ਉਸੇ ਵੇਲੇ ਆਪਣੀ ਮੌਤ ਹੋ ਜਾਊਗੀ। ਪੂਰੇ ਬ੍ਰਹਿਮੰਡ 'ਚ ਲਗਭਗ 40,000 ਤੋਂ ਜ਼ਿਆਦਾ ਗ੍ਰਹਿ ਨੇ, ਪਰ ਅਜੇ ਤੱਕ ਸਿਰਫ 800 ਹੀ ਖੋਜੇ ਗਏ ਨੇ। ਇੱਕ ਸਵਾਲ ਜੋ ਸਾਰੇ ਇੱਕ ਦੂਜੇ ਨੂੰ ਆਪਾਂ ਅਕਸਰ ਪੁੱਛਦੇ ਰਹਿੰਦੇ ਹਾਂ ਕਿ ਮੁਰਗੀ ਪਹਿਲਾਂ ਆਈ ਕਿ ਆਂਡਾ। ਸਾਇੰਸ ਦੇ ਅਕੋਰਡਿੰਗ ਮੁਰਗੀ ਪਹਿਲਾਂ ਆਈ, ਕਿਉਂਕਿ ਸਾਇੰਸ ਦੇ ਅਕੋਰਡਿੰਗ ਜੋ ਰਿਜ਼ਲਟ ਆਇਆ ਉਹਦੇ ਤੋਂ ਪਤਾ ਲੱਗਾ ਕਿ ਆਂਡੇ ਵਿੱਚ ਜੋ ਪ੍ਰੋਟੀਨ ਹੁੰਦਾ ਹੈ ਉਹ ਸਿਰਫ ਮੁਰਗੀ ਵਿੱਚ ਹੀ ਹੁੰਦਾ ਹੈ। ਨੀਲ ਆਰਮਸਟਰੋਂਗ ਨੇ ਸਭ ਤੋਂ ਪਹਿਲਾਂ ਚੰਦਰਮਾ 'ਤੇ ਆਪਣਾ ਖੱਬਾ ਪੈਰ ਰੱਖਿਆ ਸੀ ਅਤੇ ਉਸ ਟਾਈਮ ਉਹਦਾ ਦਿਲ 156 ਪਰ ਮਿੰਟ ਦੀ ਸਪੀਡ ਨਾਲ ਧੜਕ ਰਿਹਾ ਸੀ। ਸਾਰੀ ਦੁਨੀਆ 'ਚ ਜਿੰਨਾ ਭਾਰ ਇਨਸਾਨਾਂ ਦਾ ਹੈ ਉਨਾ ਹੀ ਕੀੜੀਆਂ ਦਾ ਹੈ। ਲਾਈਟਰ ਦੀ ਖੋਜ ਮਾਚਿਸ ਤੋਂ ਪਹਿਲਾਂ ਹੋਈ ਸੀ। ਆਕਾਸ਼ 'ਚ ਚਮਕਣ ਵਾਲੀ ਬਿਜਲੀ ਹਰ 1 ਸੈਕਿੰਡ 'ਚ 100 ਵਾਰ ਧਰਤੀ 'ਤੇ ਡਿੱਗਦੀ ਹੈ। ਕੀੜੀਆਂ ਕਦੀ ਨਹੀਂ ਸੌਂਦੀਆਂ। ਰਾਈਟ ਹੈਂਡਡ ਲੋਕ ਐਵਰੇਜ ਲੈਫਟ ਹੈਂਡਡ ਲੋਕਾਂ ਤੋਂ 9 ਸਾਲ ਜ਼ਿਆਦਾ ਜਿਉਂਦੇ ਆ। ਔਰਤਾਂ ਹਰ ਰੋਜ਼ ਐਵਰੇਜ 20,000 ਸ਼ਬਦ ਬੋਲਦੀਆਂ ਨੇ, ਜੋ ਬੰਦਿਆਂ ਤੋਂ 1-2,000 ਨਹੀਂ ਲਗਭਗ 13,000 ਵੱਧ ਹੁੰਦੇ ਨੇ। ਸਾਇੰਟਿਸਟ ਅੱਜ ਤੱਕ ਨਹੀਂ ਪਤਾ ਲਗਾ ਸਕੇ ਕਿ ਡਾਇਨਾਸੌਰ ਦਾ ਰੰਗ ਕੀ ਸੀ। ਇਹ ਸੀ ਕੁਝ ਫੈਕਟਸ, ਕੁਝ ਇਨਫੋਰਮੇਸ਼ਨ ਤੁਹਾਡੇ ਲਈ। ਮੈਂ ਹੋਰ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗਾ। ਰੱਬ ਰਾਖਾ।